ਅਸਲਾਮ ਵਾਲੇਕਮ ਦੋਸਤੋ, ਅੱਜ ਵੀਰਾਂ ਲਈ ਜਨਾਬ ਪਹੁੰਚੇ ਹਾਂ ਆਰਫ ਵਾਲਾ ਮੰਡੀ 'ਤੇ ਅਤੇ ਇੱਕ ਜਿਹੜੀ ਨਾ ਨੀਲੀ ਦਰਿਆਏ ਸਤਲੁਜ ਦੀ ਪਹਿਲਣ ਬਹੁਤ ਖੂਬਸੂਰਤ ਚੋਟੀ ਦੀ ਵੀਡੀਓ ਤੁਹਾਨੂੰ ਵਿਖਾਉਣ ਲੱਗੇ ਹਾਂ ਜਿਹੜੇ ਮੇਰੇ ਵੀਰ ਸ਼ੌਕੀਨ ਹਜ਼ਰਾਤ ਨੇ। ਤਾਰੀਖ ਅੱਜ 12/6/2024 ਅਤੇ ਬ੍ਰੈਂਡ ਜੀ ਇਨਸ਼ਾਅੱਲਾ ਤਾਲਾ, ਸਿਆਣੀਆਂ ਦੀਆਂ ਕਹਾਵਤਾਂ ਬਣੀਆਂ ਨੇ ਕਿ ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਨੇ ਅਤੇ ਚੜ੍ਹਦਾ ਹੀ ਤੱਪਦਾ, ਜੇ ਪੱਲੇ ਕੁਛ ਹੋਵੇ ਨਾ ਤਾਂ ਉਹ ਹੀ ਨਜ਼ਰ ਆਉਂਦਾ। ਝੋਟੀ ਦੀਆਂ ਖੂਬਸੂਰਤੀਆਂ ਮਾਸ਼ਾਅੱਲਾ ਕਮਾਲ ਦੀਆਂ ਨੇ ਜੀ, ਅਤੇ ਜਿਹੜੀ ਚੀਜ਼ ਆਪਦੇ ਦਿਲ ਨੂੰ ਚੰਗੀ ਲੱਗਦੀ ਉਹ ਹੀ ਭਰਾਵਾਂ ਨੂੰ ਵਿਖਾਈਦੀ ਏ। ਅਤੇ ਜਿਹੜੀ ਗੱਲਬਾਤ ਤਾਂ ਭਾਈ ਰਮਜ਼ਾਨ ਨਾਲ ਹੋਏਗੀ, ਮਜ਼ੇ ਦੀ ਗੱਲ ਇਹ ਅੱਲਾ ਪਾਕ ਦਾ ਕਰਮ ਏ ਕਿ ਮੈਂ ਤਾਂ ਥੱਲੇ ਜਨਾਬ ਕੱਟੀ ਵੀ ਰੱਤੀ ਬੁਰੀ ਏ, ਜਿਹਦੀ ਵਜ੍ਹਾ ਤੋਂ ਜ਼ਿਆਦਾ ਜਿਹੜੀ ਨਾ ਮੈਂ ਬਹੁਤ ਪਸੰਦ ਕੀਤੀ। ਅਤੇ ਹੁਣ ਜਿਹੜੀ ਗੱਲਬਾਤ ਤਾਂ ਭਾਈ ਰਮਜ਼ਾਨ ਨਾਲ ਕਰਾਂਗੇ, ਬ੍ਰੈਂਡ ਪੂਰਾ ਸੋਹਣੀਆਂ ਵੱਡਾ ਚਾਰਾਂ ਪਾਸੋਂ ਇਹ ਕੱਢੀ, ਅਤੇ ਲਿਬਾਸ ਜਿਹੜਾ ਨਾ ਥੱਲੇ ਖਾਲਸ ਦੁੱਧ ਵਾਲਾ ਬਹਾਨਾ ਜਨਾਬ ਮਾਸ਼ਾਅੱਲਾ। ਇੱਥੇ ਜੀ ਅੰਦਾਜ਼ਾ ਲਾਉਣਾ ਕਿਆ ਬਾਤ ਹੈ ਜੀ, ਪੂਰਾ ਰੁਕ ਰੁਕ ਦਾ ਥਾਂ ਹੈ। ਅਤੇ ਜਿਹੜੀ ਗੱਲਬਾਤ ਹੈ ਭਾਈ ਰਮਜ਼ਾਨ ਨਾਲ ਕਰਨੇ ਮਾਸ਼ਾਅੱਲਾ, ਦੋਵੇਂ ਬਿੱਲੀਆਂ ਅੱਖਾਂ ਚਿੱਟੀਆਂ ਸਫੈਦ ਹੈ। ਚੱਲਣ ਦਿਓ ਅੰਦਰ ਨੂੰ, ਕੋਈ ਨਹੀਂ ਕੱਟੀ ਤਾਂ ਜਾਣ ਦਿਓ ਜਾਂਦੀ ਨਾ। ਹਾਂਜੀ, ਸਲਾਮਾਲੇਕਮ ਭਾਈ ਰਮਜ਼ਾਨ, ਕੀ ਹਾਲ ਨੇ? ਹੋਰ ਸਿਹਤਾਂ ਤਬੀਤਾਂ ਠੀਕ ਨੇ? ਹਾਂਜੀ ਅੱਛਾ ਅੱਛਾ, ਇਸ ਟਾਈਮ ਜਿਹੜੀ ਫਰੇਮ ਦੇ ਵਿੱਚ ਝੋਟੀ ਆਪਾਂ ਵਹਾ ਰਹੇ ਹਾਂ, ਕਿੰਨਵਾਂ ਸੁਬਾ ਸੂਈ ਹੈ ਇਹ ਜੀ? ਪਹਿਲਾ ਸੁਬਾ ਸੂਈ। ਮੂੰਹੋਂ ਕਿਵੇਂ? ਮੂੰਹੋਂ ਚੌਗੀ ਹੈ। ਚੌਗੀ ਹੈ, ਥੱਲੇ ਦੇ ਜਾ ਕੀ? ਥੱਲੇ ਦੇ ਬੋਰੀ ਲਾਲ ਬੋਰੀ ਕੱਟੀ ਕੱਟੀ ਲਾਲ ਬੋਰੀ। ਇੱਧਰ ਜਾਣ ਦਿਓ ਨਾ ਅੰਦਰ ਨੂੰ, ਕੱਟੀ ਅਤੇ ਨਾਲੇ ਚੱਲਦੀ ਨਾਲੇ ਵੇਖ ਲੈਂਦੇ ਟੋਰ ਸ਼ੋਰ ਵੀ ਇਹਦੀ। ਅੱਛਾ ਭਾਈ ਰਮਜ਼ਾਨ, ਪੈੜਾ ਕੱਢ ਦਿਓ ਪੈਰੋਂ। ਅੱਛਾ ਭਾਈ ਰਮਜ਼ਾਨ, ਦੱਸੋ ਇਹਦੇ ਮੁਤਲਕ ਜਿਹੜੀ ਗੱਲਬਾਤ ਹੈ, ਟੁਰੋ। ਅੱਛਾ, ਕਿਹੜੇ ਇਲਾਕੇ ਦੀ? ਇਹ ਜੀ ਨੀਲੀ ਦੀ। ਨੀਲੀ ਤੁਹਾਡਾ ਕੋਈ ਸ਼ਹਿਰ ਹੋਣਾ ਹੀ ਨਾ, ਉਹਦੇ ਮੁਤਲਕ ਦੱਸੋ ਮੈਨੂੰ। ਸ਼ਹਿਰ ਆਰਫ ਵਾਲਾ ਹੈ, ਆਰਫ ਵਾਲੇ 4 ਕਿਲੋਮੀਟਰ ਅੱਗੇ 29-4। ਅੱਛਾ, ਆਰਫ ਵਾਲੇ ਇਲਾਕੇ ਦੀ ਹੈ। ਹਾਂਜੀ, ਥੱਲੇ ਆ ਕੱਟੀ? ਹਾਂ ਥੱਲੇ ਆ ਲਾਲ। ਲਓ ਜੀ, ਇਹ ਥੱਲੇ ਲਾਲ ਕੱਟੀ ਜੇ ਜਨਾਬ ਰੱਤੀ ਬੋਰੀ। ਅਤੇ ਅੱਛਾ, ਇਸ ਟਾਈਮ ਭਾਈ ਆਪਣਾ ਰਮਜ਼ਾਨ, ਇਹਦੇ ਕੋਲ ਕਿੰਨਾ ਹੋਣਾ ਇਸ ਟਾਈਮ ਦੁੱਧ? ਦੁੱਧ ਦਿੰਦਾ ਜੀ ਅਗਲੇ 2 ਥਣ ਬੱਚੇ ਨੂੰ ਛੱਡ ਕੇ, ਪਿਛਲੀਆਂ 12 ਕਿਲੋ। 12 ਕਿਲੋ? ਹਾਂਜੀ। ਹਾਂਜੀ ਭਾਈ ਰਮਜ਼ਾਨ, ਮੈਂ ਕਿਹਾ ਆਰਫ ਵਾਲਾ ਤੁਹਾਡਾ ਇਲਾਕਾ ਹੈ ਅਤੇ ਠੀਕ ਹੋ ਗਿਆ, ਅਤੇ ਇਹਦੀ ਆਪਣਾ ਕੋਈ ਨਸਲ ਨੁਸਲ ਕੋਈ ਵੰਡਾ ਛੰਡਾ ਦੱਸ ਦਿਓ ਭਰਾਵਾਂ ਨੂੰ ਕੀ ਵੰਡਾ ਜੀ? ਕੋਈ ਨਹੀਂ, ਅਸੀਂ ਤਾਂ 1 ਕਿਲੋ ਖਲ ਪਾਉਂਦੇ ਪਏ। ਅੱਛਾ, ਵੰਡਾ ਵੁੰਡਾ ਕੋਈ ਨਹੀਂ ਪਾਉਂਦੇ, ਮਾੜਾ ਹੀ ਚੋਪਰ ਲਾ। ਅੱਛਾ, ਵੰਡਾ ਛੰਡਾ ਕੋਈ ਨਹੀਂ ਪਾਉਂਦੇ ਜੇ, ਅਤੇ ਬਸ ਐਵੇਂ ਇਹ ਜੀ ਥਣਾਂ ਦੀ ਵੰਡ ਹੈ ਮਾਸ਼ਾਅੱਲਾ। ਅੱਛਾ, ਗੱਲ ਮੁਕਾਈਏ, ਇਹਦਾ ਆਪਾਂ ਕੀ ਲੇਖਾ ਲੂਖਾ ਆਪਾਂ ਲੈਣਾ? ਆਪਾਂ ਜੀ ਇਹਨਾਂ ਮੁੱਲ ਤਾਂ ਕਰਦੇ ਪਏ 7 ਲੱਖ। 7 ਲੱਖ ਰੁਪਈਆ? ਚਲੋ, ਤਦ ਮੁੱਲ ਕਰਦਾ ਪਿਆ ਵੇਚਣੀ, ਜਿਹੜੀ ਕੋਈ ਪੱਕੀ ਪੀਠੀ ਜੀ ਗੱਲ ਦੱਸ, ਜਿਹੜੇ ਰੁਪਈਏ ਲੈਣੇ ਨੇ? ਝੋਟੀ ਆਪਣੀ ਬੜੀ ਬ੍ਰਾਂਡ ਹੈ, ਮੁੱਠ ਮੁੱਠ ਦਾ ਥਾਂ ਹੈ ਸੁੱਪਾ ਵਾਲਾ। ਅੱਛਾ, ਆਪਾਂ ਜੀ ਫਾਈਨਲ ਪਿਆਰ ਮੁਹੱਬਤ ਕਰਦੇ ਨਾ 5,70,000। 5,70,000 ਦੀ? 6,70,000। 6,70,000 ਦੀ? ਹਾਂਜੀ, ਚਲੋ ਠੀਕ ਹੋ ਗਿਆ। ਅਤੇ ਥਣਾ ਥੁਣਾ ਦੀ ਗਰੰਟੀ ਤੁਹਾਡੀ ਚਵਾਈ ਦੀ? ਗਰੰਟੀ ਹੈ ਜੀ ਸਰ। ਹੁਣ 6,70,000 ਦੇ ਵਿੱਚ ਕੋਈ ਕਮੀ ਪੇਸ਼ੀ ਹੈ ਕਿ ਨਹੀਂ? ਨਹੀਂ ਜੀ, ਝੋਟੀ ਵੇਖੋ ਬ੍ਰਾਂਡ ਕਿਆ, ਨੀਲੀ ਦਾ ਬ੍ਰਾਂਡ ਆ ਝੋਟੀ, ਪਾਵਰ ਵਾਲਾ ਥਾਂ ਹੈ, ਮੁੱਠ ਮੁੱਠ ਨਹੀਂ ਸ਼ਾਇਦ ਤਾਂ ਚੰਗੀ ਮਾਸ਼ਾਅੱਲਾ ਆਰ ਪਾਸ। ਲਓ ਲਓ ਜੀ, ਮੁੱਲ ਲੋਕ 10-10 ਕਰਦੇ ਪੈਣ ਮਾੜੀਆਂ ਜੇ, ਸਾਡੀ ਝੋਟੀ ਬੜੀ ਸੋਹਣੀ ਹੈ। ਅੱਛਾ, 6,70,000 ਰੁਪਈਆ? ਹਾਂਜੀ, ਚੋਖਾ ਮੁੱਲ ਕੋ ਮੁਹੱਬਤ ਕਰ ਲੈ, ਕੋਈ ਪਿਆਰ ਮੁਹੱਬਤ ਜਿੰਨੀ ਫਾਈਨਲ ਜਿਹੜੇ 'ਚ ਦੇਣੀ ਹੈ। ਚਲੋ ਕੋਈ ਵੀਰ ਆਪਣਾ ਲਵੇ ਤਾਂ ਆਪਾਂ 6.5 ਲੱਖ ਦੀ ਝੋਟੀ ਦੇ। 6.5 ਲੱਖ ਦੀ? ਲਓ ਜੀ, ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬਲੀ ਨੂੰ ਇਜਾਜ਼ਤ ਦਿਓ, ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ। ਪਾਕਿਸਤਾਨ ਜ਼ਿੰਦਾਬਾਦ।